ਸਭ ਤੋਂ ਪਹਿਲਾਂ ਸਾਡੀ ਵੀਡੀਓ ਵੇਖਣ ਸੁਣਨ ਵਾਲਿਆਂ ਨੂੰ ਅਸਲਾਮ ਵਾਲੇਕਮ ਹੋਵੇ ਜੀ। ਵਾਲੇਕਮ ਸਲਾਮ। ਤੇ ਬਾਕੀ ਜਾਨਵਰ ਭਾਈ ਭਰਾਵਾਂ ਦੇ ਸਾਹਮਣੇ ਨੇ ਫ੍ਰੈਸ਼ ਡਿਲੀਵਰ ਹੈ, ਸਪੋਰਟ ਡਿਲੀਵਰ ਹੋਈ ਹੈ, ਸਹੀ ਹੈ। ਬੱਚੇ ਨੂੰ ਦੁੱਧ ਪਿਲਾਇਆ ਵਾਲੇ, ਨਾਰਾ ਚਾਰਾ ਕੋਈ ਚੋਇਆ, ਥੋੜ੍ਹੀ ਜਿਹੀ ਉਹਦੀ ਕੀਤੀ ਹੈ। ਅੱਛੀ ਚੀਜ਼ ਹੈ ਜੀ ਜੀ। ਅਤੇ ਕਿਤਨੀਆਂ ਖਿਲਾਣੀਆਂ ਨੇ ਜੀ? ਅੱਜ ਕੋਈ 5-6 ਗਾਵਾਂ ਨੇ ਜੀ, 2 ਲੋਕਲ ਨੇ, 4 ਜਿਹੜੀਆਂ ਨੇ ਇੰਪੋਰਟਡ ਨੇ, 1 ਬ੍ਰੀਡਰ ਹੈ ਜੀ। ਦੁੱਧ ਜੀ ਵੀਡੀਓ ਦਾ ਮਤਲਬ ਹੈ ਖਾਸ ਸ਼ੌਕ ਵਾਲੀ ਹੈ, ਪੂਰੀ ਐਂਡ ਤੱਕ ਵੇਖਿਓ, ਚੈਨਲ ਤੇ ਨਵੇਂ ਸਬਸਕ੍ਰਾਈਬ ਕਰਕੇ ਬੈਲ ਦੇ ਬਟਨ ਦਬਾਓ ਤੇ ਅੱਜ ਇੱਕ ਬ੍ਰੀਡਰ ਦਾ ਸ਼ੌਕ ਵਿਖਰਾਵਾਂਗੇ। ਚਲਤਾ ਪਹਿਲ ਨੰਬਰ ਕੀ ਬ੍ਰੀਡ ਦੇ। ਮਜ਼ੀਦ ਇਸ ਤਰ੍ਹਾਂ ਕੀ ਵੀਡੀਓ ਦੇਖਨੇ ਕੇ ਲੀਏ ਹਮਾਰੇ ਜਾਨੀ ਬੇਸ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਬੈਲ ਆਇਕਨ ਕੋ ਪ੍ਰੈਸ ਕਰੇਂ ਤਾਕਿ ਮਜ਼ੀਦ ਇਸ ਤਰ੍ਹਾਂ ਕੀ ਵੀਡੀਓ ਕੀ ਨੋਟੀਫਿਕੇਸ਼ਨ ਆਪਕੋ ਟਾਈਮ ਪਰ ਮਿਲਤੀ ਰਹੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਦੋਸਤੋ ਜੀ, ਪਹਿਲੀ ਲਾਰਜ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਮਾਸ਼ਲ ਜੀ ਪਹਿਲੀ ਵੈਰ ਇੰਪੋਰਟਡ ਕੈਟਾਗਰੀ ਹੈ, ਬਹੁਤ ਹੀ ਖੂਬਸੂਰਤ ਐਨੀਮਲ, ਟਾਪ ਕਲਾਸ ਕੀ ਬਰੀਡ, ਫਰੈਸ਼ ਕਾਵ। ਅਲੀ ਅਦਰ ਬਲੋਇ ਸਾਹਿਬ ਕੇ ਪਾਸ ਕਾਵਿੰਗ ਹੋਈ ਹੈ। ਪਿਛਲੀ ਵੀਡੀਓ ਮੇਂ ਹਮਨੇ ਪ੍ਰੈਗਨੈਂਟ ਲਗਾਈ ਥੀ ਗੱਬਨ ਤਿਆਰ ਕਲੋਜ਼ ਅਪ, ਆਈ ਡਿਲੀਵਰਡ ਹੈ, ਡਿਟੇਲ ਪੂਰੀ ਭਾਈ ਅਲੀ ਅਦਰ ਸਿੰਘ ਲਈ। ਅਦਰ ਭਾਈ ਡਿਲੀਵਰ ਤੁਹਾਡੇ ਕੋਲ ਹੋਈ ਹੈ ਮਾਸ਼ਾਅੱਲਾ। ਅਦਰ ਭਾਈ ਚਵਾਈ ਵਾਸਤੇ ਤੇ ਸੋਨਾ ਹੈ ਪੂਰਾ ਭਾਈ ਜੀ, ਅੱਲਾ ਦੇ ਹੁਕਮ ਨਾਲ ਜਿਹੜਾ ਲੈ ਕੇ ਲੀਟਰ 1400 40 ਲੀਟਰ ਦੁੱਧ ਪੂਰਾ ਕਰ, ਬਿਹਤਰ ਹੋ ਜਾਣਾ ਦੁੱਧ ਨੀ, 35-40 ਲੀਟਰ ਦੁੱਧ ਕਰ ਜਾਣਾ ਮਾਸ਼ਾਅੱਲਾ ਜੀ ਭਾਈ ਅਲੀ। ਅਦਰ ਇਸ ਟਾਈਮ ਮੌਕੇ ਦੀ ਇੱਕ ਚੁਆਈ ਹੋਈ ਕਿ ਹੋਈ ਕੋਈ ਨਹੀਂ, ਕੋਈ ਥੋੜੀ ਜਿਹੀ ਹੌਲੀ ਕੀਤੀ, ਬੱਚੇ ਨੂੰ ਪਿਲਾਇਆ, ₹5,95,000 ਦੀ ਅੱਜ ਕਿਸੇ ਦੋਸਤ ਬਾਈ ਨੂੰ ਆ ਜਾਵੇ ਪਸੰਦ ਤੇ ਅਲੀ ਹੈਦਰ ਬਾਈ ਦਾ ਰਾਬਤਾ ਕਸਦਾ, ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ ਹੈ। 35-40 ਲੀਟਰ ਦੀ ਇਨਸ਼ਾਅੱਲਾ ਤਾਲਾ ਚਵਾਈ ਤੁਹਾਨੂੰ ਗਾਂ ਕਰਾਣੀ ਹੈ, ਜਿਸ ਸੇਵਾ ਖਿਦਮਤ, ਜਿਸ ਇਹਦੇ ਤਾਂ ਖਰਚਾ ਕਰਨਾ, ਜੇ ਸੇਵਾ ਖਿਦਮਤ ਕਰਨੀ ਉਸ ਉਹਨਾਂ ਭਰਾਵਾਂ ਲਈ। ਬਾਕੀ ਮੌਕੇ ਤਾਂ ਆ ਕੇ ਚੋ ਕੇ ਤਸੱਲੀ ਕਰਕੇ ਚੈੱਕ ਆਊਟ ਕਰਕੇ ਲਿਜਾ ਸਕਦੇ ਹੋ, ਚਲਦੇ ਅਗਲੇ ਬਰੇਡ 'ਚ। ਦੋ ਤੁਸੀਂ ਚੈੱਕ ਕਰੋ, ਨੰਬਰ 2 ਤੇ ਕ੍ਰੋਸ ਡਿਲੀਵਰਡ ਹੋਈ ਵੈਨ, ਰੈਡ ਫਰੀਜ਼ੀਅਨ ਚੋਲਿਸਤਾਨੀ ਕਰਾਸ ਹੈ, ਬੱਚਾ ਵੀ ਚੋਲਿਸਤਾਨੀ ਫਰੀਜ਼ੀਅਨ ਕਰਾ ਦਿੱਤਾ ਸੂ, ਮੁੱਠ ਭਰ ਥਣ ਨੇ ਮਾਸ਼ਾ ਜੀ, ਕਲਾਸ ਕੁਆਲਿਟੀ ਤੁਹਾਡੇ ਸਾਹਮਣੇ, ਇੱਕ ਵਾਰ ਚਲਾ ਫਿਰਾ ਕੇ ਵਿਖਾਓ ਜੀ। ਅਲੀ ਇੱਧਰ ਬਾਈ, ਕਰਾਸ ਦੇ ਸ਼ੌਕੀਨ ਵੀ ਭਰਾ ਬੜੇ ਹੁੰਦੇ ਨੇ, ਜ਼ਿਆਦਾ ਲੁੱਕ ਇੱਧਰ ਨੂੰ ਮੇਰੀ ਜਾਨ, ਇੱਥੇ ਫੇਰ ਕਲੈਰ ਸਾਹਮਣੇ ਕਰਾ, ਬਸ ਬੋਲਾ ਵੀ ਇਸ ਤਰ੍ਹਾਂ ਵੀ 18 ਲੀਟਰ ਮੌਕੇ ਦੇ ਉੱਤੇ ਚਵਾ ਕੇ, ਕਿਆ ਕਹਿਣੇ ਜੀ, 18 ਲੀਟਰ ਦੀ ਮੌਕੇ ਦੀ ਚਵਾਈ ਕਰਾ ਕੇ ਲਈ ਅਦਰ ਬਾਈ, ਅੱਧਾ ਗੱਲਾਂ ਨਾਲ ਨਹੀਂ ਇਨਸ਼ਾਅੱਲਾ ਪੂਰੀ ਚਵਾਈ ਕਰਾਵਾਂਗੇ, ਤਸੱਲੀ ਕਰਾਵਾਂਗੇ, ਫਿਰ ਜਾਨਵਰ ਦਿਆਂਗੇ। ਬਲੋਇ ਸਾਹਿਬ ਕਿਤਨੇ ਦੀ?
ਜੇ ਕਿਸੇ ਦੌਰਾਨ ਪਸੰਦ ਆ ਗਈ ਨਾ ਜੀ ਸਿਰਫ ਔਰ ਸਿਰਫ 4,50,000 ਸਵਾ ਚਾਰ ਦੀ ਬਲੋਚ ਰਿਆਇਤ ਕਰ ਯਾਰ ਇਸ ਵੈਰ ਦੀ ਚੋਲਿਸਤਾਨੀ ਰੈਡ ਫਰੀਜ ਐਂਡ ਜਰਸੀ ਕ੍ਰਾਸ ਮਿਕਸ ਹੈ ਔਰ ਅੱਛੇ ਥਣਾਂ ਦੇ ਨਾਲ ਅੱਜ 4-15 ਦੀ ਚਲਦੇ ਅਗਲੀ ਬਰੀਡ ਦੁੱਧ ਦੀ ਚੈੱਕ ਕਰੋ ਜੀ ਕ੍ਰਾਸ ਦੇ ਸ਼ੌਕੀਨ ਹਜ਼ਰਾਤ ਆ ਗਈ ਹੈ ਚੋਲਿਸਤਾਨੀ ਜਰਸੀ ਬਹੁਤ ਹੀ ਖੂਬਸੂਰਤ ਚੀਜ਼ ਚੋਲਿਸਤਾਨੀ ਜਰਸੀ ਫਰੀਜ਼ਨ ਮਿਕਸ ਕ੍ਰਾਸ ਤੇ ਥੱਲੇ ਲਿਬਾਸ ਆਏ ਹਾਏ ਹਾਏ ਇੱਕ ਵਾਰੀ ਪਰ ਖੁੱਲੇ ਟੁਰਨ ਦੇ ਕਰ ਬਲੋਚ ਸਾਹਿਬ ਬਲੋਚ ਸਾਹਿਬ ਕਿੰਨਵੇਂ ਸੂਏ ਚ ਹੈ ਦੂਜੇ ਸੂਏ ਜੀ ਹਲੇ ਗੱਬਣ ਹੈ ਬੱਚੀ ਚਿੱਗੀ ਮੂੰਹ ਚ ਹੈ ਸਾਰਾ ਤੇ ਇਸ ਤੇ ਤਾਰੀਖ ਪੂਰੀ ਹੋਣੀ ਹੈ ਦੋ ਤਾਰੀਖ ਤਾਰੀਖ ਪੂਰੀ ਹੋਣੀ ਦੋ ਤਾਰੀਖ ਦੋ ਤਾਰੀਖ ਠੀਕ ਹੈ ਦੋ ਦਿਨ ਪਹਿਲੇ ਸੂ ਜਾਵੇ ਦੋ ਦਿਨ ਉੱਤੇ ਲੈ ਜਾਵੇ ਖਾਣੇ ਦੀ ਬੜੀ ਸ਼ੌਕੀਨ ਹੈ ਕਾਲਾ ਥਾਣ ਲੱਗੋ ਆ ਵੇਖੋ ਖਲੋਣ ਦੋ ਜੀ ਖਲੋਣ ਦੋ ਖਾਣੇ ਪੀਣੇ ਦਾ ਠਰਕੀ ਜਾਨਵਰ ਹੋਣਾ ਚਾਹੀਦਾ ਜਿਹੜਾ ਅੱਖ ਯਾਰ ਖਾਂਦੇ ਪੀਂਦੇ ਦਾ ਵੀ ਹੈ ਜੋ ਕੁਝ ਲੱਭੇ ਆ ਖੁਰਾਕ ਜੀ ਜੀ ਇਨਸ਼ਾਅੱਲਾ ਇਹ ਮੇਰੇ ਉਹਨਾਂ ਭਰਾਵਾਂ ਵਾਸਤੇ ਜਿਹੜੇ ਆਦੇ ਸਨ ਗਾਂ ਯਾਰ ਸਾਨੂੰ ਲਿਆ ਦੇ ਚੰਗੀ ਗਾਂ ਹੋਵੇ ਕ੍ਰਾਸ ਚ ਹੋਵੇ ਛੋਟੇ ਕੱਦ ਦੀ ਗਾਂ ਵੱਡੀ ਗਾਂ ਨਹੀਂ ਚਾਹੀਦੀ ਛੋਟੇ ਕੱਦ ਯਾਨੀ ਕਿ ਜਰਸੀ ਦਾ ਕੱਦ ਬਹੁਤ ਹੋਵੇ ਜੀ ਜੀ ਜਰਸੀ ਕੱਦ ਬਹੁਤ ਕ੍ਰਾਸ ਹੈ ਜੀ ਇਨਸ਼ਾਅੱਲਾ ਤੇ ਬਹੁਤ ਅਸੀਲ ਜਾਨਵਰ ਹੈ ਕਿੰਨੇ ਦਾ ਇਹ ਦਾਣਾ ਔਰ ਇਹ ਵੇਖੋ ਜੀ ਸਾਊ ਸੀਲ ਐਂ ਬਸ ਜੀ ਗੱਬਣ ਦੇ ਥੱਲੇ ਬਵੋ ਹੱਥ ਰੱਖੋ ਤੇ ਹਲਦੀ ਨਹੀਂ ਪਈ ਇਨਸ਼ਾਅੱਲਾ ਸੂਣ ਤੋਂ ਪਹਿਲੇ ਇਸ ਦੀ ਟਰਾਈ ਕਰਨੀ ਪਾਸੀ ਜੀ ਸਰ ਜੀ ਗਾਂ ਤੇ ਮੇਰੀ 5 ਲੱਖ ਦੀ ਨਹੀਂ ਮੁਕਤ ਸਰ ਜਿਸ ਵੀਡੀਓ ਚ ਦੇਖਣੀ ਹੈ ਉਸ ਆਖਣਾ ਗਾਂ ਛੋਟੀ ਜੀ ਹਲੇ 10 ਦਿਨ ਰਹਿੰਦੇ ਨੇ ਇਨਸ਼ਾਅੱਲਾ ਚੱਲ ਨਾ ਸਕਦੀ ਕਿੰਨੇ ਦੀ ਡਿਲੀਵਰ ਹੋ ਕੇ ਕੋਈ ਲਿਜਾਣਾ ਚਾਹੇ ਤਾਂ ਵੀ ਅਵੇਲੇਬਲ ਹੈ ਜੇ ਇੰਜ ਗੱਬਣ ਕੱਚੀ ਲੈ ਆਇਓ ਤਾਂ ਵੀ ਨਜ਼ਰ ਵੀ ਨਹੀਂ ਲੱਗਣ ਲੱਗੀ ਹਾਂ ਇੱਕ ਸਿੰਘ ਮਾਸ਼ਾਅੱਲਾ ਜੀ ਹਲਕਾ ਜਿਹਾ ਆਇਆ ਇੱਕ ਸਾਡਾ ਮੋਨੀ ਦੋ ਗਾਵਾਂ ਦਾ ਇੱਕ ਗਾਂ ਚ ਮਾਸ਼ਾਅੱਲਾ ਜੀ ਕੰਬੀਨੇਸ਼ਨ ਪੂਰਾ ਇੱਕ ਸਾਡਾ 100 ਜੁੰਗੀ ਇੱਕ ਸਾਡਾ 100 ਹੋ ਗਿਆ ਮਾਸ਼ਾ ਜੀ ਮੋਨੀ ਚਾਰ 15 ਦੇ ਵਿੱਚ ਮਾਸ਼ਾ ਜੀ ਕ੍ਰਾਸ ਜਰਸੀ ਚਲਤੇ ਅਗਲੀ ਬਰੀਡ ਦੋਤੋ ਜੀ ਚੈੱਕ ਕਰੋ ਅੱਜ ਦੀ ਵੀਡੀਓ ਅਗਲਾ ਦਾਣਾ ਸਕਰੀਨ ਦੇ ਉੱਤੇ ਜੀ ਤੁਹਾਡੇ ਸਾਹਮਣੇ ਇੰਜ ਵੇਖੋ ਇੱਕ ਵਾਰੀ ਬਰੀਡ ਆਏ ਹਾਏ ਕਿਸ ਹਿਸਾਬ ਚ ਬਲੋਚ ਹੈ ਭਾਈ ਜੀ ਇਹ ਖਾਂਗੜ ਗਾਂ ਜੀ ਖਾਂਗੜ ਗਾਂ 55 ਦਿਨ ਦੀ ਬਰੀਡ ਹੈ 55 ਦਿਨ ਦੀ ਬਰੀਡ ਹੈ ਪਾਸ ਕੋਈ ਨਹੀਂ ਜੀ ਅੱਛਾ ਬਰੀਡ ਦਾ ਡਾਟਾ ਬਿਲਕੁਲ ਸਾਡੇ ਕੋਲ ਮੌਜੂਦ ਹੈ ਜੀ ਉਸ ਤੋਂ ਬਾਅਦ ਹੀ ਜਿੱਤ ਨਹੀਂ ਠੀਕ ਹੈ ਦੁੱਧ ਕੋਈ ਹੈ ਚੌਦਾਂ ਲੀਟਰ ਵਜ਼ਨ ਵੇਟ ਚੈੱਕ ਕਰੋ ਜਾਨਵਰ ਦਾ 14 ਲੀਟਰ ਦੁੱਧ ਦੇ ਵਜ਼ਨ ਵੇਟ ਚੰਗਾ ਪੁੱਠਾ ਚੰਗਾ ਲਿਬਾਸ ਥੱਲੇ ਵੇਖੋ ਚੰਗਾ ਬਲੋਚ ਸਾਹਿਬ ਖਾਂਗੜ ਹੈ ਖਾਂਗੜ ਤਾਂ ਨਹੀਂ ਇਹ ਤਾਂ ਕਮੇਟੀ ਜੀ ਆਜਾ ਜੀ ਜੇ ਨਿਕਲ ਗਈ ਤੇ ਜਿਸ ਬੰਦੇ ਬੱਚੀ ਲੈ ਕੇ ਪਾਲਣੀ ਹੈ ਨਾ ਜੀ 2 ਸਾਲ ਤੋਂ ਬਾਅਦ ਸਮੀ ਨੇਟ ਕਰਾਉਣੀ ਫਿਰ ਉਹਨੇ ਜਾ ਕੇ ਗਾਂ ਬਣਨਾ ਠੀਕ ਹੈ ਉਹਨਾਂ ਪੈਸਿਆਂ ਚ ਅੱਜ ਮੈਂ ਗਾਂ ਦੇ ਦੱਸਾਂ ਚਾਰੇ ਥਣ ਪਾਸ ਦੂਜੇ ਸੂਏ ਦੀ ਲਵੀ ਗਾਂ ਸਾਫ਼ ਸੁਥਰਾ ਜਾਨਵਰ ਜੀ 14 ਲੀਟਰ ਦੁੱਧ ਨਾਲ ਜੀ ਜੀ 50 ਤੋਂ 53 ਦਿਨ ਦੇ ਅੰਦਰ ਅੰਦਰ ਬਰੀਡ ਹੋਈ ਜੀ 2 ਮਹੀਨੇ ਹੋਣੇ ਵਾਲੇ ਨੇ ਜੀ 2 ਮਹੀਨੇ ਦੇ ਰਾਉਂਡ ਅੱਜ ਕਿਤਨੇ ਦਾ ਦਾਣਾ ਮੁਖਤਸਾਰ ਜੀ ਹੋਵੇ ਮੁਖਤਸਾਰ ਕਰਨੀ ਹੈ ਅੱਜ ਇਨਸ਼ਾਅੱਲਾ ਪਹਿਲੇ ਕਾਲਰ ਨੇ ਇਹ ਲੈ ਲੈਣੀ ਹੈ ਆਜਾ ਜੀ ਇੰਜ ਗੱਲ ਹੈ ਜੇ ਕੋਈ ਸਾਡੀਆਂ ਗਲਤੀਆਂ ਵੀ ਹੋਣੀਆਂ ਸਾਡੇ ਲਾਲਚ ਹੁੰਦੇ ਨੇ ਰੇਟ ਅਸੀਂ
ਜਿੱਥੇ ਗਈ ਉਹ ਆਕਸ਼ਨ ਫ੍ਰੀ ਲੈ ਕੇ ਆਇਆ। ਕਿੰਨੇ ਦੀ? ਸਿਰਫ 3.95 ਦੀ। 3,95,000 ਰੁਪਏ ਦੀ ਮਾਸ਼ਾ ਜੀ ਵਧਣ ਵੇਟ ਜਾਨਵਰ ਦਾ ਵੇਖ ਲੋ, 14 ਲੀਟਰ ਦੁੱਧ ਦੇ, 52-53 ਦਿਨ ਦੇ ਕੋਲ ਬਰੀਡ ਹੈ। ਜੇ ਕਨਫਰਮ ਨਿਕਲ ਆਈ ਤਾਂ ਫਿਰ ਕਮੇਟੀ ਹੋਰ ਸੋਨਾ ਜੇ, ਅੱਜ ਦਾ ਰੇਟਾਂ ਜੋ ਰੇਟ ਕੋਈ ਜੇ। ਬਲੋਚ ਨੇ ਲੈਣੇ ਦੇਣੇ ਵਾਲੀ ਗੱਲ ਕੀਤੀ ਹੈ, ਚਲਤੇ ਅੱਜ ਕੁੜੀ ਮਾਸ਼ਾ ਜੀ ਅਗਲੇ ਹੀ ਰਹੇਗੀ। ਲੋ ਜੀ ਅਗਲੀ ਬਰੀਡ ਆ ਚੁੱਕੀ ਹੈ ਸਕਰੀਨ ਦੇ ਉੱਤੇ ਜੀ। ਆਹ ਹਾ ਹਾ, ਕਿਆ ਕਹਿਣ, ਆ ਤੇਰੀਆਂ ਖਲੋਣੀਆਂ। ਬਲੋਚ ਚਿੱਲੜ ਜੀ, ਚਿੱਲੜ ਜੀ, ਤਿੰਨ ਥਣੀ ਹੈ ਜੀ, ਤਿੰਨ ਥਣੀ ਹੈ, 55 ਦਿਨ ਦੀ ਬਰੀਡ ਹੈ, 10 ਲੀਟਰ ਤੇ ਇਹ ਜਨਾਬ ਗੋਸ਼ਤ ਰੇਟ ਤੇ ਵੀ ਵੇਚ ਗਏ ਨਾ ਜੀ, ਤੇ ਇਹ ਬਣਦੀ ਹੈ 4,20,000 ਦੀ, 4,05,000 ਜਿੰਨਾ ਕੱਦ ਬੁੱਤ ਜਿਤਨਾ ਵਜ਼ਨ ਵੇਟ ਹੈ, 14 ਮਣ ਸਾਡਾ ਫਿਰ ਅਗੋ ਆਪ ਸਾਹਬ ਲਾ ਲਓ। ਸਹੀ ਹੈ, ਅਗਰ 30,000 ਤੋਂ ਵੀ ਹੋਵੇ ਤੇ 14,43,42, 4,20,000 ਬਣਦਾ ਅੱਜ ਦਾ ਕੇਸ ਸੀ ਨਾ। ਕਿਸੇ ਬ੍ਰਾਂਡ ਪਸੰਦ ਆ ਗਏ ਨੇ ਜੀ, 3,55,000, 3,55 ਜੀ। ਇਹਨੂੰ ਕਹਿੰਦੇ ਜੇ ਮਾਸ਼ਾ ਜੀ ਬਲੋਚ ਡੇਰੀ ਫਾਰਮ, ਕੋਟ ਆਗਮ ਖਾਨ, ਤਹਿਸੀਲ ਬੇਰਾ, ਜ਼ਿਲ੍ਹਾ ਸਰਗੋਧਾ। ਤੇ ਜਾਨਵਰਾਂ ਦਾ ਗਾੜ ਇੱਥੇ ਇੰਪੋਰਟਡ ਕੈਟਾਗਰੀ, ਕ੍ਰਾਸ ਜਾਨਵਰ, ਕ੍ਰਾਸ ਦੀਆਂ ਗਾਵਾਂ, ਇੰਪੋਰਟਡ ਗਾਵਾਂ, ਬਰੀਡਰ, ਵੱਛੇ, ਵੱਛੀਆਂ, ਹਰ ਤਰ੍ਹਾਂ ਦਾ ਮਾਲ 24 ਘੰਟੇ ਦਸਤਿਆਬ ਹੁੰਦਾ ਹੈ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚਲਤੇ ਅਗਲੇ ਬਰੀਡਰ ਕੀ। ਦੋਤੋ ਜੀ ਵੀਡੀਓ ਦੇ ਐਂਡ ਦੇ ਉੱਤੇ ਮਾਸ਼ਾ ਅੱਲਾਹ ਤੁਹਾਨੂੰ ਇੱਕ ਬਰੀਡਰ ਦਾ ਸ਼ੌਕ ਵੀ ਕਰਾ ਰਹੇ ਹਾਂ, ਕ੍ਰਾਸ 'ਚ ਬਰੀਡਰ ਹੈ। ਗੱਲ ਪਹਿਲੇ ਖੁੱਲੀ ਦੱਸ ਦਈਏ, ਪਿਓਰ ਪਿਓਰ ਨਹੀਂ ਹੈ, ਲੇਕਿਨ ਉਮੀਦ ਹੈ ਕਿ ਮਾਸ਼ਾਅੱਲਾ ਜੀ ਜੋ ਬਰੀਡਿੰਗ ਕਰੇਗਾ ਤੇ ਰਿਪੀਟ ਨਹੀਂ ਹੋਣ ਲੱਗਾ ਜਾਨਵਰ ਜੀ। ਦੰਦਾ ਮੂੰਹ ਚੋਏ ਬਰੀਡਿੰਗ ਕਰਦਾ ਪਿਆ ਇਸ ਦੀਆਂ ਗਾਵਾਂ, ਲੋ ਜੀ ਬੱਕੀਆਂ ਖਲੀਆਂ ਨੇ, ਮੈਂ ਸਮਝਿਆ ਚੋਗਾ ਛੀਗਾ ਹੋਣਾ, ਦੋ ਦੰਦ ਜੀ ਹਲੇ ਮੂੰਹ ਚੋਂ। ਤੇ ਗਾਵਾਂ 2 ਸਾਲ ਉਮਰ ਦਾ ਬੱਚਾ ਜੀ ਮਾਸ਼ਾਅੱਲਾ, ਚੈੱਕ ਕਰੋ ਸਾਹਮਣੇ ਆਖਰੀ ਜਾਨਵਰ ਹੈ ਬਲੋਚ ਸਾਹਿਬ। ਮੁਖਤਸਰਨ ਸੋਹਣੀ ਜੀ ਗੱਲ, ਸੋਹਣੀ ਗੱਲ, ਸੋਹਣੀ ਕਰਤਾ ਇਨਸ਼ਾਅੱਲਾ। ਯੈਸ ਸਰ, ਮਾਰਕੀਟ ਤੋਂ ਵੇਖੀਏ ਨਾ ਤਾਂ ਬੱਚਾ 4.5 ਲੱਖ ਦਾ। ਅੱਛਾ, ਕਰਦੇ ਹਾਂ ਬਰਾਵਾਂ ਨਾਲ, ਉਹ ਹੀ ਕਰਨੀ ਹੈ। ਪਿਆਰ ਮੁਹੱਬਤ ਨਾ, ਕਿਤਨੇ ਦਾ ਮੁਹੱਬਤ ਕਿਸੇ ਨੂੰ ਪਸੰਦ ਆਈ ਨਾ ਜੀ। ਯੈਸ ਨੋ, ਕਿਸੇ ਬ੍ਰਾਂਡ ਪਸੰਦ ਆ ਗਿਆ, 3,55,000, 3.25 ਲੱਖ ਦਾ, 2-3 ਕਿਸੇ ਦੋਸਤ ਬ੍ਰਾਂਡ ਨੂੰ ਆ ਜਾਵੇ ਬੱਚਾ ਪਸੰਦ ਨਾ ਬਾਲੇ, ਪੈਸੇ ਮੰਗਣ ਨਾਲ ਮਾਲ ਵਿਕਦਾ, ਮਾਲ ਵਿਕਦਾ ਮੁੱਲ ਨਾਲ, ਇੰਦੀ ਹੈ 3.5 ਪੰਜੀਆਂ ਦਾ, 3.5 ਪੰਜੀਆਂ ਦਾ, 2-3 ਕੋਈ ਬਰਾ ਲੈਣਾ ਚਾਹੇ 3,25,000 ਬਾਰ ਗੇ ਨਾ ਕਾ ਕੇ ਕੋਈ ਨਾ ਕਰੇ। ਹਾਂ ਨਾ, ਆਪ ਲਾ ਦਿੱਤਾ 4-4, 5-5, ਲੋ ਜੀ 4-5 ਲੱਖ ਨਹੀਂ ਮੰਗਿਆ ਬਲੋਚ ਦਾ ਜੀ, 3-5 ਮੰਗਿਆ ਜਿਸ ਬਰਾ ਨੂੰ ਆਏ ਪਸੰਦ। ਰਾਬਤਾ ਕਰੇ, ਅੱਲਾ ਹਾਫਿਜ਼ ਜੀ, ਪਾਕਿਸਤਾਨ ਜ਼ਿੰਦਾਬਾਦ।